सॉरी गुलजार बाई ने जिहड़े तुसीं गल आ गई गुलजार बाई की, वो कहना विक्की भाई कुछ बंदियां ने खराबियां कीतियां, वो असीं आपदे ग्रुप चों बंदे उह कढ देणे आ। हाँ हाँ इहदा मतलब इह प्रभाव तां पैंदा पैंदा, बिलकुल पैंदा प्रभाव तां इहदा पैंदा भी चंगे अगला कहना भी उह ग्रुप च चंगे बंदे आ, भी उह चंगे आ तुहाडे ग्रुप च आ, उहदे च आपां एंटर करो। कोई खिडारी हुण जितना तां कबूतर पानी पूनी पी आ, मतलब हो जाता बाजिया ते, पर जान बुझ के नहीं आपां करना। चलो चलो ना दिख जाए मेरे ना बंदा बोले, कई बार नहीं भी बोलवाणी होंगी कई गल्लां, कबूतरां पिछे जाके दा कट तां ओह भी औखे, पर धक्का कबूतर ना आपां कदे नहीं करदे, कदे भी नहीं करना। जानी चंगीयां बाजियां ते जिथे डिसिप्लिन जिथे ओथे ही जाना मैं, हुण आम नहीं जाना। की लोड़ भी की आ, बहुत फोन आउंदे आ भाई बाजी करा दे लै ली जिहड़ा कुछ लैणा, मैं कहा भी अगे मैनूं तुसीं दे के जांदे हो घरे, मैं थोड़ा दित्ता खाना। कई बंदे नूं कहा भी आ मैं गल्लां, मैं कहा भी बाजी वधिया करायो मैं आऊंगा तेल फूक के आऊंगा, पर यह नहीं है भी तुसीं कहो असीं जी फोर ट्रैक्टर देना, असीं 3200 रुपया रखांगे ट्रैक्टर दे दांगे। मैं कहा इहो जिहियां बाजियां नहीं मैं कराउंदा, सरपंच दा फोन आया मैनूं किसे दा, मैं कहा भी इहो जिहियां बाजियां मैं नहीं कराउंदा जिथे तुसीं हुण मान लो तुसीं मोटरसाइकिल देना वा, जिहड़ा बंदा लख च तूं उहनूं मतलब एजेंसी दा नहीं पता होगा भी किथे एजेंसी आ, आप लै लूगा मोटरसाइकिल, तुसीं जरूर लै के दोगे, मतलब भी ठगियां ठोरियां भी 2000 रुपए 100 कबूतर कर लो, 50,000 ਦੇ ਨਾਮ ਦੇ ਦਿਓ, ਰੁਪਿਆ ਲੱਖ ਸਵਾ ਲੱਖ ਬਣਾ ਲਓ। ਇਕਨ ਲੋਕ ਜਾਂਦੇ ਆ ਕਰਦੇ ਆ ਜੀ, ਬਹੁਤ ਕੁਝ ਕਰਦੇ ਉਹਦੇ ਚ ਬਾਈ ਜੀ। ਫਿਰ ਜੇ ਆਪਾਂ ਨਾਮ ਰੱਖਤੇ, 5 ਨਾਮ ਰੱਖਤੇ ਵੀ ਅਸੀਂ 100 ਕਬੂਤਰ ਕਰਨਾ ਵਾ, ਵੀ ਇੰਨੀ ਮੰਨ ਲਓ 2000 ਐਂਟਰੀ ਆ, ਤੇ ਆਪਾਂ ਪਹਿਲਾ ਨਾਮ ਦੇਣਾ 25,000, ਦੂਜਾ 20,000, 15,000, ਉਹਦਾ ਨੁਕਸਾਨ ਵੀ ਕੀ ਆ? ਨੁਕਸਾਨ ਬਾਈ ਵਿੱਕੀ ਸਾਡੇ ਪੈਸੇ ਨੇ, ਸਾਡੇ ਹੀ ਪੈਸੇ ਨੇ, ਉਹ ਤਾਂ ਸਾਡੇ ਮਤਲਬ 100 ਕਬੂਤਰ 2000 ਨੂੰ 2,00,000 ਰੁਪਇਆ ਹੋ ਗਿਆ, ਨਾਮ 1,00,000 ਰੁਪਇਆ ਦੇ ਕੇ 1,00,000 ਰੁਪਇਆ ਅਗਲੇ ਨੇ ਕੋਲ ਰੱਖ ਲੈਣਾ ਵਾ। ਹੁਣ ਜਿਹੜੀਆਂ ਅਸੀਂ ਬਾਜੀਆਂ ਕਰਾਉਂਦੇ ਅਸੀਂ 4-4 ਲੱਖ ਰੁਪਏ ਦਾ ਬਜਟ ਹੁੰਦਾ ਸਾਡਾ, ਅਸੀਂ 4 ਲੱਖ ਰੁਪਇਆ ਕੋਲੋਂ ਖਰਚਣਾ। ਹੁਣ ਜਿਹੜੀ 21 ਬਾਜੀ ਕਿਲਾ ਰੈਪਰ ਹੋਣੀ ਸੀ ਉਹਦਾ ਲੋਕਡਾਊਨ ਕਰਕੇ ਕੈਂਸਲ ਹੋ ਗਈ, ਪਹਿਲੇ ਨੂੰ ਜੀਪ ਦੇਣੀ 2.5 ਲੱਖ ਦੀ, ਦੂਜੇ ਨੂੰ ਬੋਲਟ ਦੇਣਾ ਸੀ 1.5 ਲੱਖ ਦਾ, 4 ਲੱਖ 2 ਮੋਟਰਸਾਈਕਲ ਫੇਰ ਦੇਣੇ ਸੀ, ਫਿਰ 50,000-60,000, 70,000 ਰੋਟੀ 'ਤੇ ਲੱਗਦਾ, ਫਿਰ ਮੰਨ ਲਓ ਲਾਏ ਵਾਲੇ ਹੋਰ ਖਰਚੇ ਬਹੁਤ ਆ ਜਾਂਦੇ ਨੇ, 6 ਲੱਖ ਰੁਪਇਆ ਪਾਉਣਾ, ਉਹ 6 ਲੱਖ ਰੁਪਇਆ ਸਾਡੇ ਬੰਦੇ ਨੇ ਦੇਣਾ ਸੀ। ਸਾਨੂੰ ਗੁੱਸਾ ਨਹੀਂ ਚੜੂਗਾ ਦੂਜੀਆਂ ਬਾਜੀਆਂ 'ਤੇ ਵੀ ਤੁਸੀਂ ਧੰਦਾ ਬਣਾਇਆ ਹੋਇਆ, ਅਸੀਂ ਪੱਲਿਓਂ 5-5-6-6 ਲੱਖ ਰੁਪਇਆ ਕਰ ਦਿੰਦੇ, ਰੋਕ ਤਾਂ ਨਹੀਂ ਸਕਦੇ, ਕੋਈ ਨਹੀਂ ਰੋਕ ਸਕਦਾ, ਰੋਕਣਗੇ ਕਿਵੇਂ? ਜਿਹੜੇ ਜਿਹੜੇ ਨਾਮਵਾਰ ਖਿਡਾਰੀ ਨੇ ਉਹ ਵੀ ਉੱਥੇ ਜਾ ਕੇ ਸੜਦੇ ਆ, ਗੱਲ ਤਾਂ ਇੱਥੇ। ਹਾਂ ਅਸੀਂ ਸੜਦੇ ਹੀ ਨਹੀਂ, ਜਿਹੜੇ ਨੇ ਵਿੱਚੋਂ ਨਾਮ ਦੇਣਾ ਸੀ ਕਦੇ ਬਾਜੀ ਨਹੀਂ ਸੜਦੇ, 5-7 ਸਾਡੇ ਪਿੰਡ ਇਹੋ ਜਿਹੇ ਨੇ ਜਿੱਥੇ ਅਸੀਂ ਬਾਜੀ ਨਹੀਂ ਸੜਦੇ, ਸਾਨੂੰ ਪਤਾ ਵੀ ਉਹਨਾਂ ਨੇ ਇਹੋ ਜਿਹਾ ਪੁੱਠਾ ਸਿੱਧਾ ਕੰਮ ਕਰਨਾ, ਅਸੀਂ ਸੜਦੇ ਹੀ ਨਹੀਂ ਬਾਜੀ, ਕੰਮ ਤਾਂ ਕਰ ਜਾਂਦੇ ਆ, ਬਹੁਤ ਕੁਛ ਹੁੰਦਾ ਜੀ, ਬਹੁਤ ਕੁਛ ਹੁੰਦਾ, ਕਿਉਂਕਿ ਹੁਣ ਤਾਂ ਕਈਆਂ ਵੀਰ ਇਹ ਤਾਂ ਯਕੀਨ ਕਰੋ ਤੁਸੀਂ, ਐਡਾ ਕੁ ਲੋਕਾਂ ਦਾ ਉਹ ਹੋਇਆ ਪਿਆ, ਕਬੂਤਰ 130 ਸੁੱਟਣੇ ਆ, 90 ਦੀ ਜਿੱਤ ਦੇਣੀ ਆ ਤੁਹਾਨੂੰ, 40 ਕਬੂਤਰ ਤਾਂ ਉਹੀ ਉਡਾ ਦੇਣੇ ਆ, ਚੈੱਕ ਹੀ ਨਹੀਂ ਕਰਨੇ, 3 ਵਜੇ ਚੈੱਕ ਕਰਨੇ, 3 ਵਜੇ 30 ਕਬੂਤਰ ਚੈੱਕ ਕਰੋ, ਤੁਹਾਨੂੰ ਕੀ ਪਤਾ ਕਿੰਨੇ ਸੁੱਟੇ ਨੇ, 30 ਜਿਹੜੇ 9 ਬੋਲ ਕੇ ਉਹਨਾਂ ਨੇ ਕਰ ਲੈਣਾ ਸਹੀ ਵੀ ਆਹ 30 ਸਹੀ ਨੇ, ਸਵੇਰੇ ਤੁਹਾਨੂੰ ਕੀ ਪਤਾ ਵੀ ਕਿੰਨੇ ਸੁੱਟੇ ਨੇ, ਕਿੰਨੇ ਦੇ ਮੋਹਰਾਂ ਲੱਗੀਆਂ ਨੇ। ਅੱਛਾ ਇੱਕ ਗੱਲ ਹੋਰ ਹੈ ਜੀ, ਇਹ ਜਿਹੜੀ ਤੁਸੀਂ ਆ ਪਹਿਲਾਂ 5-5 ਹਜ਼ਾਰ ਰੁਪਇਆ ਦਿੰਦੇ ਹੋ, ਉਹ ਵੀ ਵਿੱਚ ਬੰਦੇ ਕੁਛ ਕਹਿੰਦੇ ਪੈਸੇ ਰੱਖ ਗਏ, ਜੋ ਤੁਹਾਨੂੰ ਪਤਾ ਹੋਊਗਾ ਨਾ, ਉਹਦਾ ਦੇਣ ਦਾ ਪਹਿਲਾਂ ਕੀ ਫਾਇਦਾ ਜਦੋਂ ਤੁਹਾਨੂੰ ਪਤਾ ਵੀ ਆ ਸਰਪੰਚ ਸਾਹਿਬ 50 ਬੰਦੇ ਆ, ਇਹਨਾਂ ਦੇ ਪੈਸੇ ਆਉਣੇ ਹੀ ਆਉਣੇ ਆ। ਵਿੱਕੀ ਬਾਈ ਗੱਲ ਇਹ ਆ ਨਾ, ਉਹ ਇੱਕ ਉਹ ਵੀ ਗਲਤ ਗੱਲ ਆ, ਅਸੀਂ ਅਸੀਂ ਲਏ ਨੇ, ਜੇ ਸਾਨੂੰ ਕੋਈ ਕਹੇ ਵੀ ਤੁਸੀਂ ਕਿਹੜਾ ਭਲੇ ਮਾਣ ਸੀ, ਅਸੀਂ ਜਦੋਂ ਬਾਜੀਆਂ ਸਟਾਰਟ ਕੀਤੀਆਂ ਅਸੀਂ ਇੱਕ ਬੰਦੇ ਪੱਕੇ ਕਰਨ ਦੀ ਖਾਤਰ 2500-2500 ਰੁਪਇਆ ਪਹਿਲਾਂ ਫੜ ਲਿਆ ਸੀਗਾ, ਜਿਵੇਂ ਮੰਨ ਲਓ 12ਵੇਂ ਮਹੀਨੇ ਤੁਹਾਨੂੰ ਪੂਰੀ ਤੁਹਾਡੀ ਗੱਲ ਵਿਚਾਲੇ ਆ, ਇਹ 2500 ਆਪਾਂ ਤਾਂ ਡਰ ਲਈ ਫਿਰ ਵੀ ਇਹ ਬੰਦਾ ਉਦਣੇ ਆ ਜਾਵੇ ਆਵੇ ਆ, ਇਹੀ ਚੱਕਰ ਇਹੀ ਡਰ ਇਹੀ ਚੱਕਰ ਇਹ ਮੈਂ ਦੱਸਦੇ ਉਦੋਂ ਕਬੂਤਰਵਾ ਸੀਗੇ ਨਵੇਂ ਘੱਟ ਜੀ, ਅੱਛਾ ਉਦੋਂ ਘੱਟ ਕਬੂਤਰ ਖਿਡਾਰੀ ਬੰਦੇ ਵੱਧ ਹੁੰਦੇ ਸੀ, ਨਵੇਂ ਕਬੂਤਰਵਾਏ ਘੱਟ ਹੁੰਦੇ ਸੀਗੇ। ਅੱਛਾ ਹੁਣ ਮੰਨ ਲਓ ਕਿਲਾ ਰੈਪਰ ਹੀ ਆ, ਕਿਲਾ ਰੈਪਰ ਅੱਗੇ ਤਾਂ ਹੁੰਦੇ ਸੀ 70-70 ਕਬੂਤਰ, ਹੁਣ 300-300 ਕਬੂਤਰ ਦੀ ਪਰਚੀ ਪੈ ਜਾਂਦੀ ਉੱਥੇ। ਅੱਛਾ ਠੀਕ ਆ, ਹੁਣ ਤਾਂ ਸਾਨੂੰ ਐਂ ਹੁੰਦਾ ਅਸੀਂ ਪੈਸੇ ਕਾਹਤੋਂ ਫੜਨੇ ਆ, ਕਾਹਤੋਂ ਫੜਨੇ ਆ, ਠੀਕ ਆ। ਪਹਿਲਾਂ ਹੁੰਦਾ ਸੀਗਾ ਵੀ 70-70 ਚੋਂ ਜੇ 20 ਨੇ ਛੱਡਿਆ ਬਾਕੀ ਨੂੰ ਬਾਜੀ ਖਰਾਬ ਹੋ ਜਾਂਦੀ ਆ, ਉਸ ਕਰਕੇ ਉਦੋਂ ਇਹ ਪੈਸੇ ਪਹਿਲਾਂ ਫੜਨ ਲੱਗੇ, ਪਹਿਲਾਂ ਫੜਨ ਲੱਗੇ। ਹੁਣ ਅਸੀਂ ਉਹ ਗੱਲ ਹੁਣ ਸਾਨੂੰ ਪਤਾ ਵਾ ਵੀ ਅਸੀਂ ਕਿਲਾ ਰੈਪਰ ਬਾਜੀ ਬੋਲੀ ਤੇ ਸਾਨੂੰ 300 ਬੰਦੇ ਦਾ ਫੋਨ ਆਉਣਾ ਵਾ, ਕਹਿੰਦੀ ਅੱਜ ਅਸੀਂ ਕਿਲਾ ਰੈਪਰ ਵਾਲੀ ਬਾਜੀ ਬੋਲ ਦਈਏ, ਸਾਡੇ ਜਿੰਨੇ ਮੈਂਬਰ ਨੇ ਹਰ ਰੋਜ਼ 10-15 ਫੋਨ ਆਉਣੇ, ਇੱਕ ਬੰਦੇ ਨੂੰ ਆਉਣੇ ਬਾਈ, ਇੱਕ ਬੰਦੇ ਨੂੰ, ਸਾਡੇ ਜੇ 20 ਮੈਂਬਰ ਨੇ ਤਾਂ 20 ਆ ਚੋ ਇੱਕ ਮੈਂਬਰ ਨੂੰ 10-10 ਫੋਨ ਹਰ ਰੋਜ਼ ਆਉਣੇ ਹੀ ਆਉਣੇ ਆ, ਬਾਈ ਸਾਡੀ ਐਂਟਰੀ ਕਰੋ, ਬਾਈ ਸਾਡੀ ਐਂਟਰੀ ਕਰੋ, ਉਹ ਚੰਗੀ ਗੱਲ ਕਰਕੇ ਹੀ ਆਉਂਦੇ ਆ, ਚੰਗੀ ਗੱਲ ਕਰਕੇ ਤੁਸੀਂ। ਹਾਂਜੀ ਅੱਗੇ ਸੀ, ਹੁਣ ਤਾਂ ਹੀ ਅਸੀਂ ਮੌਕੇ ਤੇ ਐਂਟਰੀ ਫੜਦੇ ਆ, ਜਾਂ ਮੰਨ ਲਓ 20 ਦਿਨ ਪਹਿਲਾਂ। ਇਹ ਹੁਣ ਸੋਨੀ ਵੀਰ ਮੰਨ ਲਓ ਇਹ ਗੱਲ ਆ, ਉਦੋਂ ਬਾਈ ਗੁਲਜ਼ਾਰ ਵੀ ਗੱਲ ਕਰਦਾ ਸੀਗਾ
अपने बस्सी वाले ने भी गल की कबूतर वाले ने। हुण मान लो पैसे आपां जी अगले साल बाजी छुट्टनी आपां 7 महीने पहला पैसे फड़ ले, हाँ जी वो तो जिहड़ी गल करके सरपंच ने दस्सता भी उहदे करके पहला सी, हाँ जी हाँ जी। हुण वो पैसे मेरा मन च आ गया भी वो पैसे मैं फड़ ले, 19-21 बंदे नूं हो जावे, होई है जी। अच्छा हाँ जी भाई कोई जानता देखो पागला बंदा तो बोल भला, मतलब एक हुण आपां 9 नहीं लैणा, सीधा 9 लैण च भी मैनूं कोई डर नहीं, पर आपां लैणा नहीं सरपंच आ पिंड दा। वो बंदे ने 5,000 रुपया 4.5 लाख रुपया हजे तक नहीं दित्ता, कै साल हो गए। अच्छा हाँ जी ये तो तुसीं बढ़ावा देता हुण आ गल कह के बढ़ावा देता भी हजे तक नहीं दिता, कै साल हो गए, इहदा मतलब कोई होर भी करू फिर करदे आ जी, बहुत लोग करदे आ फिर वो कुछ तां उह असीं हुण आपां तां इही गल कहने आ ना ਬਈ ਇਹ ਕੰਮ ਬੰਦ ਹੋਣਾ ਚਾਹੀਦਾ। ਠੀਕ ਆ ਬੰਦ ਕੌਣ ਕਰੂ, ਬੰਦ ਹੁਣ ਕਬੂਤਰਾਂ ਨੇ ਕਰਨਗੇ ਜਦੋਂ ਆਪ। ਇੱਕ ਵਾਰੀ ਇੱਕ ਬੰਦੇ ਨੇ ਬਾਜੀ ਕਰਾਈ, ਉਹ ਕਹਿੰਦਾ ਵੀ ਜਿਹੜਾ ਮੇਰੇ ਕੋਲ ਪਹਿਲਾਂ ਆ ਗਿਆ ਮੈਂ ਉਹਦੀ ਐਂਟਰੀ ਕਰ ਦੇਣੀ ਆ। ਸਾਡੇ ਬੰਦੇ 1 ਵਜੇ ਰਾਤ ਨੂੰ ਬਹਿ ਕੇ ਜਾ ਕੇ, ਹੁਣ ਦੱਸੋ ਉਹਦਾ ਕੀ ਕਸੂਰ ਆ, ਪਿੰਡ ਵਾਲਿਆਂ ਦਾ ਕੀ ਕਸੂਰ ਆ, 1 ਵਜੇ ਜਾ ਕੇ ਬਹਿ ਗਏ ਰਾਹ ਚ। ਨਹੀਂ ਫਿਰ ਇਹ ਬਾਜੀਆਂ ਮੁੱਕ ਗਈਆਂ, ਕਾਹਨੂੰ ਮੁੱਕੀਆਂ ਨੇ, ਦਿਮਾਗ ਖਰਾਬ ਆ ਲੋਕਾਂ ਦਾ। ਤੁਸੀਂ 10 ਬਾਜੀਆਂ ਬਾਈ ਜੀ ਹੋਣੀ ਕਰਾਉਂਦੇ ਹੋ, ਚੰਗੇ ਬੰਦੇ ਆ, ਹਾਂਜੀ ਕੋਈ 5,000 ਵਾਲਾ, ਕੋਈ 10,000 ਵਾਲਾ, ਕੋਈ ਹੋ ਸਕਦਾ ਵੀ ਜੇ ਤੁਸੀਂ ਕਿਤੇ ਕਹਿ ਦਵੋ ਵੀ 50,000 ਰੁਪਈਆ ਜੀ ਉਹ ਬਾਜੀ ਦਾ, ਹਾਂਜੀ 50,000 ਰੁਪਈਆ ਵੀ ਬਾਜੀ ਦਾ ਵਾ, ਉਹਦੇ 'ਚ ਵੀ ਪਤਾ ਨਹੀਂ 100 ਬੰਦਾ ਆ ਜਾਵੇ। ਸਾਡੇ ਕੋਲ ਤਾਂ ਹੋਜੂ 100 ਵੀ ਹੋਜੂ, ਵੱਧ ਵੀ ਹੋਜੂ 100 ਬੰਦਾ, ਉਹਦੇ 'ਚ ਤੁਹਾਡੇ 50 ਲੱਖ ਰੁਪਈਏ ਦੀ ਬਾਜੀ ਹੋਜੂ ਹੋਜੂ ਕੋਈ ਹੋ ਜਾਣੀ, ਪਰ ਆਪਾਂ ਕਰਾਉਣੀ ਨਹੀਂ, ਕਰਾਉਣੀ ਹੋਜੂਗੀ ਇਹ ਕੋਈ ਸ਼ੱਕ ਨਹੀਂ। ਪਤਾ ਨਹੀਂ ਆਹ ਗੱਲ ਸੁਣ ਕੇ ਕੋਈ ਤੁਹਾਨੂੰ ਫੋਨ ਆਈ ਜਾਵੇ ਬਾਈ ਹੁਣ ਵੀ ਬਾਈ ਜੀ 50 ਲੱਖ 50,000 ਵਾਲੀ ਕਰਾਉਣੀ। ਸਾਡੇ ਤਾਂ ਇੱਕ ਵੀ ਇਹੀ ਐਲੀਗੇਸ਼ਨ ਹਜੇ ਵੀ ਲੱਗਦਾ ਵੀ ਤੁਸੀਂ ਐਂਟਰੀ ਵੱਧ ਰੱਖਦੇ ਹੋ। ਮੈਂ ਕਿਹਾ ਵੀ ਐਂਟਰੀ ਵੱਧ ਰੱਖਣ ਦਾ ਇੱਕ ਰੀਜ਼ਨ ਆ, ਇਹ ਨਹੀਂ ਹੈਗਾ ਵੀ ਅਸੀਂ ਕਿਲਾ ਰਿਹਾ ਪਰ ਗਰੁੱਪ ਕਰਕੇ ਵੱਡੀ ਐਂਟਰੀ ਰੱਖਦੇ, ਨਹੀਂ ਨਹੀਂ ਨਹੀਂ। ਜਦੋਂ ਸਾਨੂੰ ਲੋਕ ਇੰਨਾ ਤੰਗ ਕਰਦੇ ਨੇ ਵੀ ਕਿ ਬਈ ਜੇ ਤੁਸੀਂ 2,000 ਐਂਟਰੀ ਰੱਖਦੇ ਹੋ, ਤੁਹਾਡੇ ਰਿਸ਼ਤੇਦਾਰ ਪਿੰਡ ਦੇ ਵਿੱਚ ਮੰਨ ਲਓ ਕਿੰਨੇ ਘਰ ਨੇ, ਸਹੀ ਗੱਲ ਇਹ ਵੀ ਇੱਕ ਅਗਲਾ ਆ ਕੇ ਕਹਿੰਦਾ ਸਾਡੀ ਐਂਟਰੀ ਕਰਾਓ, ਐਡਾ ਨਾਮ ਆ ਅਸੀਂ ਵੀ ਜਿੱਤਣਾ। ਹੁਣ ਜਦੋਂ ਸਾਡੀ 15,000 ਐਂਟਰੀ ਹੋਊਗੀ ਚੁੱਪ ਕਰ ਜਾਂਦੇ ਨੇ, ਕਿਹੜਾ ਮੈਨੂੰ ਕਾਕੇ 15 ਨੂੰ ਨਹੀਂ ਚੁੱਪ ਕਰ ਬਾਈ ਦੀ ਗੱਲ ਦੱਸਦਾ ਤੈਨੂੰ ਮੈਂ, ਕਾਕੇ ਬਾਈ ਦੀ ਗੁੱਜਰ ਵਾਲੀ ਇਹਦੀ, ਮੈਨੂੰ ਕਹਿੰਦਾ ਵੀ ਆਪਾਂ ਬਾਜੀ ਕਰਾਉਣੀ ਆ ਪਿੰਡ, ਬਹੁਤ ਟਾਪ ਦੀ ਬਾਜੀ ਕਰਾਈ ਬੰਦੇ ਨੇ, ਪੂਰਾ ਬੋਲਟ ਮੈਨੂੰ ਪਤਾ ਖਰਚਾ ਪੂਰਾ, ਮੇਰਾ ਭਰਾ ਹੀ ਆ ਜੀ, ਭਰਾ ਤੁਹਾਡੀ ਰਿਸ਼ਤੇਦਾਰੀ ਆ, ਬੰਦੇ ਨੇ ਫੁੱਲ ਰੁਪਈਆ ਲਾਤਾ। ਮੈਨੂੰ ਕਹਿੰਦਾ ਵੀ ਐਂਟਰੀ ਆਪਾਂ ਜਾਇਜ਼ ਰੱਖਣੀ, ਮੈਂ ਕਾਕੇ ਬਾਈ ਤੈਂ ਬਾਜੀ ਕਰਾਉਣੀ, ਜਿੰਨੀ ਤੂੰ ਐਂਟਰੀ ਰੱਖੇਗਾ ਠੀਕ ਆ, ਯਾਨੀ ਕਿ ਆਖਰ ਨੂੰ ਜਿੱਦਣ ਬਾਜੀ ਤੋਂ ਥੋੜੇ ਦਿਨ ਪਹਿਲਾਂ ਕਹਿੰਦਾ ਗਾਂਹ ਨੂੰ ਐਂਟਰੀ 15,000 ਰੱਖ ਕੇ ਕਰਾਉਣੀ ਆ। ਮੈਂ ਕੀ ਗੱਲ ਕੀ ਗੱਲ ਨਾ ਯਾਰ, ਮੈਨੂੰ ਇੰਨਾ ਕੁ ਦੁਖੀ ਕੀਤਾ ਲੋਕਾਂ ਨੇ, ਇੰਨਾ ਕੁ ਦੁਖੀ ਕੀਤਾ, ਮੈਂ ਕਿਹਾ ਆਹ ਕਾਰਨ ਆ। ਹਜੇ ਤਾਂ 1 ਵਾਰੀ ਬਾਜੀ ਹੋਈ ਆ ਨਾ, ਜੇ ਤਾਂ ਆਪਾਂ ਲਗਾਤਾਰ ਕਰਾਉਣੀ ਆ ਫਿਰ ਤਾਂ ਪਤਾ ਨਹੀਂ ਕਿੱਥੋਂ ਸਿਫਾਰਸਾਂ ਲੈ ਕੇ ਆਉਣੀਆਂ ਨੇ ਅਗਲਿਆਂ ਨੇ, ਉਹੀ ਕਾਰਨ ਆ। ਹੋਰ ਸਾਡੀ ਵੱਧ ਐਂਟਰੀ ਰੱਖਣ ਦਾ ਕੋਈ ਮਤਲਬ ਨਹੀਂ, ਕਿਉਂਕਿ ਅਸੀਂ ਨਾ ਤਾਂ ਜਿੰਨੇ ਵਾਰੀ ਅਸੀਂ ਬਾਜੀਆਂ ਕਰਾਈਆਂ ਨੇ ਤਕਰੀਬਨ ਅਸੀਂ ਜਿੱਤੇ ਨਹੀਂ, ਸਾਨੂੰ ਕੀ ਫਾਇਦਾ ਰੁਪਈਆ ਵੀ ਕੋਲੋਂ ਲਾਉਣਾ, ਹਰੇਕ ਬਾਈ ਦੇ ਮੋਟਰਸਾਈਕਲ ਵੀ ਦੇਣਾ, ਅਸੀਂ ਤਾਂ ਕਹਿੰਦੇ ਵੀ ਬਾਜੀਆਂ ਸਾਫ਼ ਸੁਥਰੀਆਂ ਹੋ ਜਾਣ ਤੇ ਐਂਟਰੀ ਵੱਧ ਹੋਊਗੀ, ਸਾਡੇ ਕੋਲ ਬੰਦੇ ਵੀ ਵਧੀਆ ਆਉਣਗੇ। ਜਾਂ ਤਾਰ ਦਾ ਅਗਲੇ ਨੇ ਲੈ ਕੇ ਜਾਣੇ, 20 ਲੱਖ ਦੀ ਬਾਜੀ ਕਰਾਵਾਂਗੇ ਅਸੀਂ, ਕਿਹੜਾ ਪੱਲੇ ਘਰੇ ਰੱਖਣੇ ਆ, ਉਹ ਵੀ ਉਹਨਾਂ ਨੂੰ ਹੀ ਦੇਣੇ ਆ, ਉਹਨਾਂ ਨੂੰ ਦੇਣੇ। ਹੁਣ ਪਿਛਲੀ ਵਾਰੀ 19 ਲੱਖ ਦੀ ਬਾਜੀ ਸੀਗੀ, ਜਿੱਤੇ ਤਾਂ ਲੋਕ ਨੇ ਲੋਕ, ਉਹ ਨਹੀਂ ਉਹ ਤਾਂ ਤੁਹਾਡਾ ਦੇਖੋ, ਅਗਲਾ ਕਹਿੰਦਾ ਪਹਿਲਾਂ ਕਲੈਰੇ ਪਰ ਦੀਆਂ ਖੇਡਾਂ ਜਿੱਤਣੀਆਂ, ਹਾਂਜੀ ਚਾਹੇ ਉਹ ਸ਼ਿਕਾਰੀ ਸੀ ਚਾਹੇ ਬੈਲ ਗੱਡੀਆਂ ਸੀ, ਹਾਂਜੀ ਅੱਜ ਵੀ ਜ਼ਿਕਰ ਕਰਦੇ ਆ ਤੁਸੀਂ ਲੋਕ ਸੋਨੀ ਵੀਰ ਮਾਲਵਾ ਟੀਵੀ ਤੇ 1.5-2 ਘੰਟੇ ਦੀ ਮੇਰੀ ਇੰਟਰਵਿਊ ਹੁੰਦੀ ਆ, ਉਹ 700-800 ਬੰਦਾ ਵੀ ਉਹ ਲਗਾਤਾਰ ਦੇਖਦਾ ਹੁੰਦਾ, ਉੱਪਰ ਨੂੰ ਵੱਧਦੀ ਜਾਂਦੀ ਆ, ਇਹ ਗੱਲਾਂ ਕਰਕੇ ਹੀ ਆ। ਆਹ ਕਬੂਤਰਾਂ ਨੂੰ ਆਪਾਂ ਦਿਖਾਈ ਜਾਈਏ ਜੀ, ਇਹਨੂੰ ਤੁਸੀਂ ਕਿਹੜਾ ਆਲੂ ਬੁਖਾਰਾ ਲਾਉਂਦੇ ਹੋ, ਕਿਹੜਾ ਪਾਣੀ, ਇਹ ਤਾਂ ਗੁਰੂ ਬਣਾ ਕੇ ਪਤਾ ਲੱਗਾ। ਬਿਲਕੁਲ ਬਿਲਕੁਲ ਜੀ, ਪੰਸਾਰੀ ਦੀ ਦੁਕਾਨ ਤੇ ਚਲੇ ਜਾਓ, ਉਹਨੂੰ ਕਹਿ ਦੋ ਜੀ ਠੰਡੀਆਂ ਚੀਜ਼ਾਂ ਦੇ ਦੋ, ਉਹ ਦੇ ਦੂ, ਦੇਖਣਾ ਵੀ ਲਾਉਣਾ ਵੀ ਕਿਵੇਂ ਆ, ਆਪਣਾ ਦੁਖਦਾ ਢੱਡਾ ਗੋਲੀ ਸਿਰ ਦੁਖਦੇ ਦੀ ਲੈ ਦਈਏ, ਉਹ ਤਾਂ ਉਹਨੇ ਜਾਨਵਰ ਦਾ ਤਰੀਕਾ ਵਾ। ਬਿਲਕੁਲ ਬਿਲਕੁਲ, ਕਿਹੜੇ ਜਦੋਂ ਆਪਾਂ ਰੱਖਦੇ ਆ ਮੱਝ ਲੈ ਲਈ, ਮੱਝ ਸੂਈ ਹੋਈ ਆ, ਬਾਲਟੀ ਤਾਂ ਸਭ ਨੇ ਲੈਣੀ ਆ, ਲੈਣੀ ਵੀ ਦੁੱਧ ਉਹਦੇ 'ਚ ਹੀ ਚੋਣਾ, ਉਨਾ ਕੁ ਤਾਂ ਤਕਰੀਬਨ ਬੱਚਿਆਂ ਨੂੰ ਸਭ ਨੂੰ ਪਤਾ ਠੰਡੀਆਂ ਚੀਜ਼ਾਂ ਦਾ ਜਾਂ ਜੋ ਵੀ ਹੈ। ਪਰ ਗੱਲ ਤਾਂ ਉੱਥੇ ਆ ਗਈ ਵੀ ਜਿਹੜਾ ਹੁਣ ਇਹ ਕਬੂਤਰਬਾਜ਼ੀ ਦਾ ਸ਼ੌਂਕ ਆ, ਇਹ ਬਹੁਤ ਵੱਡਾ ਸ਼ੌਂਕ, ਬਹੁਤ ਵੱਡਾ ਸ਼ੌਂਕ ਹੋ ਗਿਆ, ਯਾਨੀ ਰਿਕਾਰਡ ਹੀ ਇੱਕ ਦਿਨ 'ਚ ਪੰਜਾਬ 'ਚ 100-100 ਬਾਜੀ ਹੋ। ਬਿਲਕੁਲ ਬਿਲਕੁਲ, ਵੱਧ ਹੋ ਸਕਦੀ ਆ 12,000, ਮੰਨ ਲਓ ਨਹੀਂ ਇੱਕ ਦਿਨ ਦੀ, ਮੈਂ ਤਾਂ ਮੇਰੇ ਹਿਸਾਬ ਨਾਲ 300-400 ਬਾਜੀ ਹੁੰਦੀ ਹੋਊ ਜਦੋਂ ਆਹ ਹੁਣ ਲੋਕਡਾਊਨ ਕਰਕੇ, ਹੁਣ ਵੀ ਬਾਜੀਆਂ ਬਹੁਤ ਨੇ, ਅੱਜ ਵੀ ਬਹੁਤ ਛੁੱਟੀਆਂ ਹੋਈਆਂ, ਮਤਲਬ ਉਹ ਪਤਾ ਨਹੀਂ ਲੱਗਦਾ, ਇਹ ਤਾਂ ਆਪਣੇ ਨੇੜੇ ਗੱਲ ਕਰਦੇ ਆ, ਜਿਵੇਂ ਮਈ 'ਚ ਬਾਜੀਆਂ ਮੇਰੇ ਖਿਆਲ ਨਾਲ ਵੀ 400-300 ਬਾਜੀ ਹੁੰਦੀ ਹੋਊ ਸਾਰੇ ਪੂਰੇ ਪੰਜਾਬ 'ਚ, ਇੰਨੀ ਬਾਜੀ ਹੋ ਜਾਂਦੀ ਆ, ਇੰਨਾ ਸ਼ੌਂਕ ਹੋ ਗਿਆ ਲੋਕਾਂ ਨੂੰ ਹੈ। ਜਾਣੀ ਕਿ ਜਿਵੇਂ ਬੱਚ ਬਾਹਰ ਜਿਹੜੇ ਮੁੰਡੇ ਚਲੇ ਗਏ ਜਿਹਨਾਂ ਨੂੰ ਇੱਧਰ ਸ਼ੌਂਕ ਸੀ, ਅਸਲ ਤਾਂ ਉਹਨਾਂ ਨੇ ਬਹੁਤ ਵੱਡਾ ਇਹਨੂੰ ਉਹਨਾਂ ਦਾ ਯੋਗਦਾਨ ਆ, ਜੇ ਆਪਾਂ ਸਹੀ ਮੈਂ ਜਿਹੜਾ ਉਹ ਜਾਂਦਾ ਉਹਨਾਂ ਨੂੰ ਜਾਂਦਾ ਸਿਹਰਾ ਇਹਦਾ,
ਕੂਤਰਬਾਜ਼ੀ ਨੂੰ ਉੱਪਰ ਚੱਕਣ ਲਈ ਤਾਂ ਬਾਹਰ ਲੈ ਇਹਨਾਂ ਨੇ ਹਾਂਜੀ ਹਰੇਕ ਗੇਮ 'ਚ ਬਾਹਰ ਲੈ ਜਾਂਦਾ ਹਰੇਕ ਸਰਪੰਚ ਵਾਲੀ ਗੱਲ ਆ ਕਿਉਂਕਿ ਦੇਖੋ ਉਹ ਆਪਾਂ ਉਨੀ ਕਮਾਈ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਆਪਾਂ ਤਾਂ ਖਰਚੇ ਨਹੀਂ ਪੂਰਾ ਖਰਚਾ ਨਹੀਂ ਪੂਰਾ ਹੁੰਦਾ ਇਹਦੇ 'ਚ ਕੋਈ ਦੋ ਰਾਮਾ ਨਹੀਂ ਉਹ ਸ਼ੌਂਕ ਨੂੰ ਵੀ ਜਿਉਂਦਾ ਰੱਖਿਆ ਤੇ ਆਪਦੇ ਭੈਣ ਭਰਾਵਾਂ ਨੂੰ ਵੀ ਉਹਨਾਂ ਨੇ ਜਿਉਂਦਾ ਰੱਖਿਆ ਹੋਇਆ ਇਹ ਬਹੁਤ ਹੈਲਪ ਕਰਦੇ ਨੇ ਬਾਹਰਲੇ ਬੰਦੇ ਜਿਹੜੇ ਕੂਤਰਾਂ ਅਗਲਾ ਕਹਿੰਦਾ ਐਂਟਰੀ ਮੈਂ ਭਰ ਦੇਣਾ ਤੂੰ ਐਂਟਰੀ ਕਰਾ ਲਾ ਇਹਦੇ 'ਚ ਸੋਨੀ ਬਾਈ ਮੈਂ ਇੱਕ ਗੱਲ ਹੋਰ ਦੇਖੀ ਆ ਸਰਪੰਚ ਸਾਹਿਬ ਚਾਹੇ ਉਹ ਸ਼ਿਕਾਰੀ ਕੁੱਤਿਆਂ ਵਾਲੇ ਆ ਚਾਹੇ ਉਹ ਬੌਲਦਾਂ ਵਾਲੇ ਆ ਚਾਹੇ ਉਹ ਕਬੂਤਰਾਂ ਵਾਲੇ ਆ ਚਾਹੇ ਉਹ ਘੋੜਿਆਂ ਵਾਲੇ ਵੀ ਆ ਈਵਨ ਘੋੜਿਆਂ ਵਾਲੇ ਥੋੜੇ ਆ ਬੰਦੇ ਚਲੋ ਬਾਕੀ ਤਾਂ ਨਸਲਾਂ ਦੇ ਰੱਖਦੇ ਆ ਭਜਾਉਣ ਵਾਲੇ ਗਿਣਤੀ ਦੇ ਬੰਦੇ ਆ ਉਹ ਬੰਦੇ ਬਾਕੀ ਬੰਦਿਆਂ ਨੂੰ ਉਹ ਬੰਦਿਆਂ ਨਾਲ ਮੈਂ ਫਰਕ ਇਉਂ ਦੱਸਣ ਲੱਗਿਆ ਉਹ ਦੂਜੇ ਚਾਹੇ ਉਹ ਮੇਰੇ ਵੀ ਰਿਸ਼ਤੇਦਾਰ ਬਾਈ ਜੀ ਬਹੁਤ ਔਖਾ ਵਾ ਇੱਥੇ ਤਾਂ ਖਰਚੇ ਨਹੀਂ ਪੂਰੇ ਹੁੰਦੇ ਜਾਂ ਫਲਾਨਾ ਵਾ ਉਹ ਬੰਦੇ ਜਿਹੜੇ ਸ਼ਿਕਾਰੀ ਆ ਉਹ ਆਪਦੇ ਮਿੱਤਰਾਂ ਨੂੰ ਵੀ ਭੇਜਦੇ ਆ ਤੇ ਆਪਦੇ ਟੱਬਰ ਲਈ ਵੀ ਖੁੱਲ੍ਹੇ ਖਰਚੇ ਕਰਦੇ ਉਹਨਾਂ ਦੀ ਨੀਤ ਦਾ ਫਰਕ ਆ ਨਹੀਂ ਤਾਂ ਰੱਬ ਨੂੰ ਦਿੰਦਾ ਹੀ ਬਹੁਤ ਗੱਲ ਵੀ ਆ ਵੀ ਆ ਜਿਹੜਾ ਬੰਦਾ ਖਰਚਾ ਕਰਦਾ ਹੁਣ ਆਸੂ ਕਈ ਵਾਰੀ ਤਾਂ ਐਂ ਕਹਿੰਦਾ ਹੁੰਦਾ ਕਹਿੰਦਾ ਵੀ ਜੇ ਕਿਤੇ ਦਾਨ ਕਰਨਾ ਨਹੀਂ ਪਤਾ ਵੀ ਤੁਰੇ ਜਾਂਦੇ ਤਾਂ $500 ਬਣ ਜਾਵੇ ਉਹਨਾਂ ਨੂੰ ਬਣਦੇ ਵੀ ਬਹੁਤ ਨੇ ਰੁਪਈਏ ਜਿਹੜਾ ਬੰਦਾ ਦਾਨ ਕਰੂ ਬਣੂ ਵੀ ਉਹਨੂੰ ਚਲੋ ਮਿਹਨਤ ਤਾਂ ਕਰ ਮਿਹਨਤ